ਵੀ ਪਟਾਕੇ ਪੈਂਦੇ ਨੇ ਮੇਰੇ ਪੰਜਾਬੀ ਵੀਰੋ ਇਸ ਵੇਲੇ, ਨਹੀਂ ਰੀਸਾਂ ਬਲਿਹਾਰੇ ਜਾਵਾਂ ਨੌਜਵਾਨੋ, ਤਨ ਤਨ ਹੋਈ ਪਈ ਆ ਖੇਡ ਮੈਦਾਨਾਂ ਦੇ ਵਿੱਚ। ਹਾਂ ਕੁਲਜੀਤ ਡੱਕਿਆ ਗਿਆ ਮੇਰੇ ਵੀਰੋ, ਅੱਜ ਇਕੱਲਾ 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 ਜੱਫਾ ਮੇਰੇ ਵੀਰੋ। ਫੇਰ ਮੇਰੇ ਵੀਰੋ ਇਹ ਵੇਖਦਾ ਜਾਫੀ ਮਾਈ ਦਾ ਲਾਲ ਪੂਰਾ ਜ਼ੋਰ ਲੱਗਾ ਪਿਆ ਮੇਰੇ ਪੰਜਾਬੀ ਵੀਰੋ, ਦੇਖਦਾ ਪੰਡਿਆਂ ਦੇ ਸੁੱਖੀ ਨੇ ਤਾਂ ਜੱਗ ਗੀਤ ਗਾਉਂਦਾ ਏ ਗੁਰਮੁਖ ਸਿੰਘ ਦੀ ਕਲਾਰ ਸਾਹਿਬ ਮੈਗਾ ਹੋਟਲ ਦੇ ਵਾਲੇ। ਆਓ ਮੁੜ ਕੇ ਵੇਖੋ ਪੰਡਿਆਂ ਦੇ ਸੁੱਖੀ ਦੀ ਪਾਈ ਹੋਈ ਕਬੱਡੀ, ਫਾਈਨਲ ਮੈਚ ਦੀ ਪਹਿਲੀ ਕਬੱਡੀ ਮੇਰੇ ਪੰਜਾਬੀ ਵੀਰੋ। ਸਾਨਾ ਦਾ ਪੇੜ ਜੱਸਾ ਸਿੰਘ, ਹੁਣ ਕਾਪੀਆਂ ਰੱਖਦੇ ਨੌਜਵਾਨ ਵੇਖ ਸਾਹਮਣੇ, ਸਾਨਾ ਦਾ ਪੇੜ ਇਹਨੂੰ ਕਹਿੰਦੇ ਨੇ, ਇਹਨੂੰ ਕਹਿੰਦੇ ਆ ਵੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਧਰੂ ਬਣੇਵੇਂ ਖਾਣੀ, ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਧਰੂ ਬਣੇਵੇਂ ਖਾਣੀ। ਚੱਲ ਵੀ ਨੌਜਵਾਨ ਅਤੇ ਤਾਰਾ ਸਿੰਘ ਜੀ ਗੋਸਲ ਵੀ ਪੰਮਾ ਜਿੰਨੇ ਜੱਫੇ ਲਾਵੇਗਾ $200 ਦਿੱਤੇ ਜਾਣਗੇ। ਲਓ ਵੇਖੋ ਉਧਰੇ ਪਾਸੇ ਇਸ ਗੱਭਰੂ ਦੀ ਪਾਈ ਹੋਈ ਕਬੱਡੀ ਮੇਰੇ ਪੰਜਾਬੀ ਵੀਰੋ। ਭੈਣ ਆਸ਼ਾ ਸ਼ਰਮਾ ਜੀ ਤੁਹਾਡਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ ਇਹਨਾਂ ਗਰਾਊਂਡਾਂ ਵੱਲੋਂ, ਇਹਨਾਂ ਖਿਡਾਰੀਆਂ ਵੱਲੋਂ, ਦਰਸ਼ਕਾਂ ਵੱਲੋਂ, ਆਰਗੇਨਾਈਜ਼ਰਾਂ ਵੱਲੋਂ। ਦੇਖੋ ਸਾਹਮਣੇ ਬਹੁਤ ਸੋਹਣੇ ਹਾਥੀ ਜਿੰਨੇ ਜ਼ੋਰ ਵਾਲਾ ਰੇਡਰ ਕਮਾਲ ਦਾ ਹੱਥ ਲਾ ਕੇ ਭੱਜ ਜਾਂਦਾ ਕੀ ਪਾਸਾ ਦੁਆਲ ਦਾ। ਇਧਰਲੇ ਪਾਸੇ ਪਾਈ ਹੋਈ ਕਬੱਡੀ ਇਸ ਤਰ੍ਹਾਂ ਹੋ ਜਾਂਦੀ, ਇਹਨੂੰ ਸਿੱਧਵਾਂ ਵਾਲਾ ਜੱਸਾ ਕਹਿੰਦੇ ਆ ਮੇਰੇ ਪੰਜਾਬੀ ਵੀਰੋ। ਬੜਾ ਫੁਰਤੀਲਾ ਹੈ, ਕੌਂਕਣ ਦੇ ਤੌਰ 'ਤੇ ਜਾਣਿਆ ਜਾਂਦਾ ਨੌਜਵਾਨ, ਕੌਂਕਣ 7 ਘੰਟੇ ਦਾ ਸਫ਼ਰ 3.5 ਘੰਟੇ ਵਿੱਚ ਕਰਦਾ ਹੈ, ਇਹ ਵੀ 30 ਸੈਕਿੰਡ ਦੀ ਦੌੜ ਜਿਹੜੀ ਹੈ ਪ੍ਰਦੀਪ ਸਿੰਘ ਕੇਜਾ ਜੀ, ਬੌਬੀ ਪਿੰਟਰ ਜੀ, ਨੌਜਵਾਨ 15 ਸੈਕਿੰਡ ਵਿੱਚ ਪੂਰੀ ਕਰਦਾ ਹੈ। ਆਓ ਵੇਖੋ ਸਾਹਮਣੇ ਨੌਜਵਾਨ, ਫਸਟ ਏਡ ਸਰਵਿਸਿਜ਼ ਰਿਕੁਆਇਰਡ, ਫਸਟ ਏਡ ਪਲੀਜ਼, ਫਸਟ ਏਡ ਪਲੀਜ਼ ਇਨ ਦਾ ਗਰਾਊਂਡ। ਪ੍ਰਦੀਪ ਕੇਜਾ ਜੀ ਇਹਨਾਂ ਨੂੰ ਆਪ ਹੀ ਸੰਪਰਕ ਕਰ ਲਓ, ਪ੍ਰਦੀਪ ਕੇਜਾ ਜੀ ਸਾਡੇ ਟ੍ਰੇਅਰ ਨੇ। ਲਓ ਸੰਦੀਪ ਸੁਰਗੁਬਰੀਆ ਪੁਆਇੰਟ ਲੈ ਕੇ ਪਾਸ ਆਉਂਦਾ ਹੋਇਆ। ਚੱਲ ਵੀ ਨੌਜਵਾਨ ਹੈ ਪਾ ਵੀ ਗੱਭਰੂਆ ਕਬੱਡੀ ਅਗਲੀ ਵੇਖਦਾ ਹੁਣ, ਵਾਹ ਗੱਭਰੂਆ ਕਾਲੂ ਰਸੂਲਪੁਰੀਆ, ਇਹ ਰਸੂਲਪੁਰ ਮੇਰੇ ਵੀਰੋ ਚੱਕਰ ਦੀ ਧਰਤੀ ਪੈਂਦੇ ਹਨ, ਸਭ ਦੀ ਪਵਿੱਤਰ ਧਰਤੀ ਦੇ ਲਾਗੇ ਇੱਕ ਹਠੂਰ ਵਾਲਾ ਕਾਲੂ ਰਸੂਲਪੁਰੀਆ ਪਾਉਣ ਲੈ ਕੇ ਪਾਸ ਜਾਂਦਾ ਹੋਇਆ। ਚੱਲ ਵੀ ਨੌਜਵਾਨ ਅਗਲੀ ਕਬੱਡੀ ਪਾ ਕਿ ਪਾ ਕੇ ਕਬੱਡੀ ਆਉਂਦਾ ਧੂੜਾ ਪੱਟਦਾ, ਨਾ ਗੁਰਜੀਤ ਪਿੰਡ ਤੂਤ ਜੱਟਦਾ, ਸਾਂਭਲਾ ਇਹ ਰੰਗ ਸਰੂ ਜਿਹਾ ਕੱਦ ਨਹੀਂ, ਖੇਡਦਾ ਕਬੱਡੀ ਬਹੁਤਾ ਸੋਹਣਿਆਂ ਤੋਂ ਵੱਧ ਨਹੀਂ। ਵਾਹ ਗੱਭਰੂ ਦਸਵੀਂ ਨੌਜਵਾਨ ਹੈ, ਡਾਕਟਰ ਪਲੀਜ਼ ਇਨ ਦਾ ਬੈਕਗਰਾਊਂਡ ਆਫ ਸਟੇਜ, ਡਾਕਟਰ ਆਪ ਸੰਪਰਕ ਕਰ ਲਓ ਨਾ, ਇਸ ਵੇਲੇ ਫਾਈਨਲ ਚੱਲ ਰਿਹਾ। ਇਹ ਆ ਕਾਕਾ ਲੰਮੀ ਪਾਰੀ ਦਾ ਮੇਰੇ ਵੀਰੋ, ਘੋੜੇ ਵਾਂਗੂ ਕਵੰਡੀਆਂ ਪਾਉਂਦਾ ਨੌਜਵਾਨ, ਸਾਵਲੀ ਜੇ ਰੰਗ ਦਾ ਭਰਵੇਂ ਸਰੀਰ ਦਾ ਕਰਦਾ ਮੁਕਾਬਲਾ, ਕਮਾਨੋ ਛੁੱਟੇ ਤੀਰ ਦਾ ਨਹੀਂ ਕੋਈ ਸਾਨੀ ਏ ਸਾਊ ਜੇ ਖਿਡਾਰੀ ਦਾ, ਹੱਸ ਹੱਸ ਰੀਡਾ ਪਾਵੇ ਕਾਕਾ ਕਾਰੀ ਸਾਰੀ ਦਾ, ਹੱਸ ਹੱਸ ਰੀਡਾ ਪਾਵੇ ਕਾਕਾ ਕਾਰੀ ਸਾਰੀ ਦਾ। ਕਾਕੇ ਵੱਲੋਂ ਗੁਰਚੰਦ ਧਾਲੀਵਾਲ ਜੀ $100 ਭੇਜਦੇ ਨੇ, ਔਰ ਜੱਸਾ ਭੁਗਲ ਜੀ ਇਹ ਸਾਡੇ ਵੀਰ ਗੁਰਦਾਸ ਸਮਾਨ ਦਾ ਸ਼ੋਅ ਕਰਾਉਂਦੇ ਨੇ, ਉੱਥੇ ਜਾ ਰਹੇ ਨੇ, ਕਹਿੰਦੇ ਵੀ ਮੈਂ ਇਸ ਗੱਭਰੂ ਦਾ ਮਾਣ ਸਨਮਾਨ ਕਰਦਾ। ਆਹ ਸੁਣਿਆ ਚੱਪਾ ਚੱਪਾ ਚਾਰ ਖਾਜਲੇ ਵਾਲੀ ਗੱਲ ਹੋ ਗਈ ਮੇਰੇ ਵੀਰੋ, ਔਰ ਦੇਖਣਾ ਵੀ ਸਾਹਮਣੇ ਨੌਜਵਾਨ, ਵੈਨਕੂਵਰ ਦੀ ਟੀਮ ਨੂੰ $200 ਸਾਡੇ ਮੈਗਾ ਹੋਟਲ ਦੇ ਗੈਰੀ ਕੁਲਾਰ ਜੀ ਸੰਸਾਰਪੁਰ ਵਾਲੇ ਹਾਕੀ ਖਿਡਾਰੀ ਉਹ ਆਪਣੀ ਟੀਮ ਨੂੰ ਦੇਣਗੇ। ਸੁਆਓ ਮੇਰੇ ਵੀਰੋ ਇਧਰਲੇ ਪਾਸੇ, ਗੁੰਦਵਾਂ ਸਰੀਰ ਪਹਿਲਾਂ ਮੋਰ ਵਾਂਗੂ ਪਾਉਂਦਾ ਏ, ਪੱਟਿਆਂ ਦੇ ਸੁੱਖੀ ਦੇ ਤਾਂ ਜੱਗ ਗੀਤ ਗਾਉਂਦਾ ਏ, ਰੱਜ ਕੇ ਸੁਨੱਖਾ ਯਾਰ ਉਹ ਘੋੜੇ ਵਾਂਗੂ ਪੱਜਦਾ, ਖੇਡਦੇ ਮੈਦਾਨਾਂ ਵਿੱਚ ਬੜਾ ਯਾਰ ਉਹ ਫੱਬਦਾ, ਖੇਡਦੇ ਮੈਦਾਨਾਂ ਵਿੱਚ ਬੱਲੇ ਹੋ ਗਈ ਪਰਸਰਾਮਪੁਰੀਆ, ਉਹ ਬਾਪ ਪਰਸਰਾਮਪੁਰੀਆ ਵੇਖ ਵੀ ਸਾਹਮਣੇ ਨੌਜਵਾਨ। ਉੱਧਰ 27 ਜਨਵਰੀ ਗੁਰੂ ਗੋਬਿੰਦ ਸਿੰਘ ਗੋਲਡ ਕਬੱਡੀ ਕੱਪ ਹੋਣਾ, ਸਾਡੇ ਪੰਤ ਮੈਨੇਜਰ ਜੀ ਮਨੋਹਰ ਸਿੰਘ ਜੀ ਖਹਿਰਾ ਸੋਢੀ ਸਾਹਿਬ, 27 ਜਨਵਰੀ ਜਲੰਧਰ ਦਾ ਵਰਲਡ ਕੱਪ ਹੋਵੇਗਾ, ਗੋਲਡ ਵਰਲਡ ਕੱਪ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਮੇਰੇ ਵੀਰੋ। ਆਹ ਵੇਖੋ ਸਾਹਮਣੇ ਨੌਜਵਾਨ ਕੁਆਡ ਲੱਗੇ ਵਾਪਸ ਆਉਂਦਾ ਹੋਇਆ,
ਅਗਲੀ ਕਬੱਡੀ ਪਾਈ ਹੋਈ ਸੁਣਾਓ ਜਨ ਗੱਭਰੂ ਕੁਲਜੀਤੇ ਦੀ ਮੇਰੇ ਵੀਰਿਓ। ਮੈਂ ਆਹ ਸੁਣਿਆ ਪਿੰਡ ਮਨਸੀਏ ਪਰਮ ਸਿੱਧੂ ਦਾ ਪਿੰਡ ਹੈ, ਸਾਡੇ ਨਰਿੰਦਰ ਸਿੱਧੂ ਦਾ ਪਿੰਡ, ਡਾਕਟਰ ਕਰਤਾਰ ਨੇ ਵੇਖੋ ਗੁੱਟ ਤੇ ਵੇਖਦਾ ਵੀ ਹੁਣ ਪੱਕੇ ਜਿੰਦੇ ਕੌਣ ਕਰਦਾ ਮੇਰੇ ਵੀਰਿਓ। ਪਰ ਇਹ ਨੌਜਵਾਨ ਲਾਲਾ ਸੁਰਦਾ ਸਰੀਰ ਨਾਲੋਂ ਸ਼ਾਹ ਗੋਡੀਆਂ ਮੰਗੀ ਜੋ ਸੀਜ਼ਨ ਦਾ ਬੈਸਟ ਜਾਫੀ ਰਿਹਾ ਮੇਰੇ ਵੀਰਿਓ। ਦੇਖਦਾ ਹੁਣ ਇਸ ਗੱਭਰੂ ਦੀ ਰੇਡ ਦੇ ਉੱਪਰ ਲੱਗਦਾ ਜੱਫਾ ਆ ਗਿਆ, ਡਿੱਗਦਾ ਟਹਿੰਦਾ ਉੱਠੋ ਪਿੱਥੋਂ ਵਾਲਿਆ। ਹਰਜੀਤ ਕਲਾ ਪਾਦਾ ਖਾਨਾ ਦਾ ਖਿਡਾਰੀ ਇਧਰੇ ਪਾਸੇ ਸਿੱਧਵਾਂ ਵਾਲਾ ਜੱਸਾ, ਇੱਕ ਮੈਨੂੰ $50 ਐਡਵੈਂਟਰ ਤੋਂ ਆਏ ਹੋਏ ਸਾਡੇ ਮੈਂਬਰ ਪਾਰਲੀਮੈਂਟ ਦੀ ਚੋਣ ਲਈ ਟਿਮ ਉੱਪਲ ਜੀ, ਵਿਸ਼ੇਸ਼ ਤੌਰ 'ਤੇ ਸਾਡੀ ਯੂਨਾਈਟਡ ਸਪੋਰਟਸ ਕਲਚਰ ਕਲੱਬ ਵੱਲੋਂ ਇੱਕ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਆਏ ਨੇ। ਬਹੁਤ ਬਹੁਤ ਧੰਨਵਾਦ। ਉਧਰਲੇ ਪਾਸੇ ਵੇਖੋ ਨੌਜਵਾਨ ਜੱਸਾ ਸਿੱਧਵਾਂ ਵਾਲਾ, ਕਿ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਸ ਦੇ ਵਿੱਚ ਹੀ ਲੱਗੇ ਵਸਦੀ ਜਾਨ ਪੰਜਾਬੀਆਂ ਦੀ, ਵਿੱਚ ਮੈਦਾਨ ਦੇ ਪਿੜਨਾ ਹੁੰਦਾ ਕੰਮ ਦਲੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ। ਗੁਰਦੀਸ਼ ਮਾਂਗੜ ਜੀ ਆਹ ਸਾਹਮਣੇ ਵੇਖੋ ਪੈਂਦੀ ਕਬੱਡੀ, ਇਧਰੇ ਪਾਸੇ ਨੌਜਵਾਨ ਭੱਜ ਭੱਜ ਕੇ ਥਾਪੀ ਮਾਰੀ ਉਂਗਲੀ ਖੜੀ ਆ ਮੇਰੇ ਪੰਜਾਬੀ ਵੀਰੋ ਮੇਜਰ ਸਿੰਘ ਜੀ ਨੱਥ ਸਾਹਿਬ, ਸਾਹਮਣੇ ਨਜ਼ਾਰਾ ਖੇਡ ਕਬੱਡੀ ਦਾ। ਆਓ ਵੇਖੀਏ ਸਾਹਮਣੇ ਅਗਲੀ ਕਬੱਡੀ, ਕਹਿੰਦੇ ਨੇ ਵੀ ਕਾਲੂ ਦੀ ਪਾਈ ਹੈ ਰਸੂਲਪੁਰੀਏ ਦੀ ਭਾਜ ਯਾਰੋ ਵੱਖਰੀ, ਚੜੀਏ ਜਵਾਨੀ ਜਿੱਤੇ ਬੜੀ ਛੇਤੀ ਅੱਥਰੀ, ਮੁੰਡਾ ਕਾਹਦਾ ਇਹ ਤਾਂ ਲੱਗੇ ਨਿਰਾਈ ਤੂਫਾਨ, ਮੁੱਛ ਫੁੱਟ ਕਾਲੂ ਵਿੱਚ ਸ਼ੇਰ ਜੀ ਨਹੀਂ ਜਾਣ। ਇਹ ਆ ਪੰਮਾ ਝਡੇਰਾਂ ਵਾਲਾ ਤਾਰਾ ਸਿੰਘ ਜੀ ਕੋਸਲ, A1 ਕਾਰਪੇਟ ਵਾਲਿਆਂ ਨੇ ਐਵੇਂ ਨਹੀ�ं $200 ਇਸ ਗੱਭਰੂ ਲਈ ਐਲਾਨ ਕੀਤਾ। ਇੱਧਰ ਪ੍ਰਿੰਸ ਜਾਰਜ ਤੋਂ ਆਇਆ ਹੋਇਆ ਸਿਕੰਦਰ ਸ਼ੇਰਪੁਰੀਆ, ਫਰੇਦਰ ਵੈਲੀ ਕਬੱਡੀ ਕਲੱਬ ਦੇ ਵਿੱਚ ਬਹੁਤ ਯੋਗਦਾਨ, ਪ੍ਰਿੰਸ ਜਾਰਜ ਕਬੱਡੀ ਕਲੱਬ ਦੇ ਵਿੱਚ ਬਹੁਤ ਯੋਗਦਾਨ। ਪੰਮੇ ਨੂੰ $100 ਭੇਜਦੇ ਨੇ ਸਿਕੰਦਰ ਵਾਲੇ। ਉੱਧਰ ਦੋਸਾ ਵੀ ਆ ਰਿਹਾ ਜੀ, ਆ ਰਿਹਾ। ਉੱਧਰ ਸੁਰਜੀਤ ਦੁਆਬੀਆ, ਹਾਂ ਵੀ ਪੰਮੇ ਵਾਸਤੇ ਸੁਰਜੀਤ ਦੁਆਬੀਆ $50, ਬਹੁਤ ਬਹੁਤ ਧੰਨਵਾਦ। ਆਹ ਫੜ ਲਓ ਜੀ ਪੋਗਲ ਸਾਹਿਬ, ਗੋਸਲ ਸਾਹਿਬ ਨੇ $200 ਭੇਜਦੇ ਹੈ। ਉਹ ਮੇਰਿਆ ਰੱਬਾ ਨੇਰੀ ਸਾਹਿਬ ਲਿਹਾਰੇ ਜਾਵਾ। ਬੈਨਕੋਬਰ ਦੀ ਟੀਮ ਨੂੰ ਮੇਰੇ ਦੋਸਤ ਗੁਰਮੁਖ ਸਿੰਘ ਸੰਸਾਰਪੁਰ ਤੋਂ, ਜਿਹੜਾ ਵੀ ਜੱਫਾ ਲਾਵੇਗਾ ਉਹਨੂੰ $200 ਦੇਣਗੇ। ਆਹ ਵੇਖੋ ਸਾਹਮਣੇ, ਦੇਖਦਾ ਵੀ ਹੁਣ ਐਲਾਨ ਕਰਦਾ ਕਹਿੰਦੇ ਜਾਫੀ ਵਾਸਤੇ। ਆਹ ਵੇਖੋ ਸਾਹਮਣੇ, ਏ ਬੱਲੇ 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 ਮੇਰੇ ਪੰਜਾਬੀ ਵੀਰੋ, ਮਾਂ ਖੇਡ ਕਬੱਡੀ ਦੀ ਹੋ ਗਈ ਬੱਲੇ, ਹੋ ਗਈ ਬੱਲੇ, ਹੰਦੇ ਦੂਰ ਨੇ ਤਾਵੀ ਦੀ ਕੋਸ਼ਿਸ਼ ਹੈ। ਜਾਫੀ ਕਹਿੰਦਾ ਜਾਣ ਨਹੀਂ ਦੇਣਾ, ਹੋ ਗਿਆ ਫੈਸਲਾ, ਹੋ ਗਿਆ ਫੈਸਲਾ। ਪੁਰੇਵਾਲ ਬ੍ਰਦਰਸ ਵੱਲੋਂ $500 ਬੈਨਕੋਵਰ ਦੀ ਟੀਮ ਨੂੰ, ਮਲਕੀਤ ਪੁਰੇਵਾਲ, ਚੰਨ ਪੁਰੇਵਾਲ, ਗੁਰਜੀਤ ਪੁਰੇਵਾਲ ਜੀ ਸਾਡੇ ਵਿਚਕਾਰ ਨੇ, $500 ਹਰਮਨ ਗਦਾਵਰ ਪੈਰੀ ਟੈਰੀ ਚਮਕੌਰ। ਆਓ ਇਹਨਾਂ ਪੁੱਤਰਾਂ ਦੀ ਗੱਲ, ਇਹਨਾਂ ਪੁੱਤਰਾਂ ਦੀ ਗੱਲ ਕਰੀਏ। ਅਜੀਤ ਸਿੰਘ ਦਾ ਪੁੱਤਰ ਲੱਖਣ ਕੇ ਪੱਡਿਆਂ ਵਾਲਾ ਸੁੱਕੀ ਭੱਜਾ ਜਾ ਰਿਹਾ, ਪੁਆਇੰਟ ਲੈ ਕੇ ਬੱਸ ਜਾਂਦਾ ਹੋਇਆ ਮੇਰੀ ਵੀਰੋ। ਪੰਜਾਬ ਕੇਸਰੀ ਦੇ ਹਿੱਸੇ ਇੱਕ ਹੋਰ ਅੰਕ ਦਾ ਵਾਧਾ ਕਰਦਾ ਹੋਇਆ ਪੱਬ ਬੁਲੰਦਪੁਰੀ ਵਾਲਾ, ਕੁੱਟ ਪਾਣੀ ਦਾ ਮੂੰਹ ਨੂੰ ਲਾ ਕੇ ਡਿਊਟੀ 'ਤੇ ਹਾਜ਼ਰ ਹੈ ਮੇਰੇ ਵੀਰੋ। ਦੇਖਣਾ ਵੀ ਹੁਣ ਸਾਹਮਣੇ ਆਰ ਐਸ ਸੁਪਰ ਮਾਰਕੀਟ ਵਾਲੇ ਸੁੱਕੀ ਨੂੰ $50 ਭੇਜਦੇ ਨੇ। ਭੁਗਲ ਇੱਧਰ ਧਿਆਨ ਰੱਖਣਾ ਨੌਜਵਾਨਾਂ, ਆਰ ਐਸ ਸੁਪਰ ਮਾਰਕੀਟ ਵਾਲਿਆਂ ਨੇ ਬਿੱਲਾ ਥਿਆੜਾ, ਉਹ ਵੀ ਸੁਪਰ ਮਾਰਕੀਟ ਵਾਲੇ। ਆਓ ਵੇਖੋ ਸਾਹਮਣੇ ਪੈ ਗਈ ਕਬੱਡੀ ਮੇਰੇ ਵੀਰੋ, ਇਹ ਆ ਸੰਗਰੂਰ ਜ਼ਿਲ੍ਹੇ ਦਾ, ਕਿ ਜਿੰਦ ਬਾਈ ਜੇ ਚੱਲਿਆ ਸੰਗਰੂਰ, ਜਿੰਦ ਬਾਈ ਜੇ ਚੱਲਿਆ ਸੰਗਰੂਰ, ਕਿ ਫਰਕ ਦੇ ਡੋਲੇ ਕੁਝ ਲੱਗਦਾ ਕਰਾਉਣਗੇ, ਜਾਫੀ ਅਤੇ ਧਾਵੀ ਯਾਰੋ ਜਦੋਂ ਟਕਰਾਉਣਗੇ, ਹੋਊ ਜਿੰਨਾ ਜ਼ੋਰ ਹੁਣ ਲਾਉਣਾ ਹੁਣ ਪੈਣਾ ਏ, ਇੱਕ ਇੱਕ ਨੰਬਰੀ ਟੀਮਾਂ ਨੂੰ ਜਿਤਾਉਣਗੇ। ਕਿਹਦੇ ਸਿਰ ਵੇਖੋ ਤਾਜ ਜਿੱਤ ਵਾਲਾ ਵੱਜਦਾ, ਮਿਹਨਤਾਂ ਦੇ ਰੰਗ ਅੱਜ ਕਿਹਦੇ ਵਾਰ ਆਉਣਗੇ, ਵੇਖਦਾ ਵੀ ਮਿਹਨਤਾਂ ਦੇ ਰੰਗ ਹੁਣ ਕਿਹਦੇ ਵਾਰ ਆਉਂਦੇ ਆ। ਭੱਜਾ ਜਾਂਦਾ ਏ, ਹਾਂ ਉਹ ਵਾਹ ਸੁਣਿਆ ਕੁਲਜੀਤਾ, ਇਹ ਹੈ ਮਲਸੀਆਂ ਵਾਲਾ ਕੁਲਜੀਤਾ ਮੇਰੇ ਵੀਰਿਓ। ਗੁੰਦਵੇਂ ਸਰੀਰ ਵਰਗਾ ਇਹ ਨੌਜਵਾਨ ਸੰਦੀਪ ਨਾਮ ਹੈ, ਔਰ ਇਸ ਵੇਲੇ ਚੜੀ ਜਵਾਨੀ ਦੇ ਵੀ ਕਹਿੰਦੇ ਹੁੰਦੇ ਵੀ ਵੱਖਰੀ ਜਵਾਨੀ ਚੜੀ ਹੋਈ ਹੈ ਇਸ ਨੌਜਵਾਨ ਸੁਰਖਪੁਰੀਏ ਸੰਦੀਪ ਦੇ ਵੀ, ਮਾਣ ਹੈ ਸਾਨੂੰ ਲੱਖੇ ਵਰਗੇ ਸਰੀਰ ਵਰਗਾ ਹੈ। ਬਿਲਕੁਲ ਕਹਿੰਦੇ ਛੋਟਾ ਵੀਰ ਸੰਦੀਪ ਡੱਕਿਆ ਜਾਊ ਮੇਰੇ ਪੰਜਾਬੀ ਵੀਰੋ, ਲਾਓ ਅੰਦਾਜ਼ਾ ਇਸ ਵੇਲੇ ਬੱਲੇ 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 ਹੋ ਗਈ ਮਿੱਤਰੋ, ਹੋ ਗਈ ਮਿੱਤਰੋ, ਬੱਲੇ ਬੱਲੇ ਹੋ ਗਈ ਮਿੱਤਰੋ। ਨੇਕੀ ਸਿੱਧਵਾਂ ਵਾਲੇ ਦਾ ਵਾਰ ਸਾਖਾ
ਬਹੁਤ ਹੀ ਤਕੜਾ ਖਿਡਾਰੀ ਉਧਰਲੇ ਪਾਸੇ ਮੇਰੇ ਵੀਰਿਓ ਨੌਜਵਾਨ ਜੱਸਾ ਸਾਹਮਣੇ ਪੰਮਾ ਝਡੇਰਾ ਵਾਲਾ ਪਹਿਲਾਂ ਘੋਲਦਾ ਸੀ ਹੁਣ ਖੇਡਦਾ ਕਬੱਡੀ ਮਿਹਰ ਹੋਈ ਮੌਲਾ ਦੀ ਝੰਡੀ ਦੁਨੀਆ 'ਚ ਗੱਡੀ ਪੰਮੇ ਤਕੜੇ ਜਾਫੀ ਦੇ ਚੱਲਦਾ ਕੋਈ ਰੇਡਰ ਦਾਬੇ ਇਹ ਪਿੰਡ ਝਡੇਰਾ ਇਹ ਯਾਰੋ ਪੈਂਦਾ ਵਿੱਚ ਦੁਆਬੇ ਉੱਧਰ ਗੱਜਣ ਵਾਲੀ ਆ ਅਤੇ ਪੰਮਾ ਵੇਖਦਾ ਦੁਆਬੀ ਹੈ ਔਰ ਵੱਜਿਆ ਤੱਕਾ ਉਖੜੇ ਪੈਰ ਜੱਸਾ ਜੱਸਾ ਕਹਿੰਦੇ ਹੁੰਦੇ ਆ ਪੱਪਾਂ ਦਾ ਛੋਲਾ ਹੈ ਅੱਜ ਤੇ ਜਿਹੜੀਆਂ ਸੀਵੀਆਂ ਦੱਸਦੀਆਂ ਨੇ ਜਿਵੇਂ ਕਿਤੇ ਵੱਡੇ ਡਿਪਾਰਟਮੈਂਟ ਦੇ ਵਿੱਚ ਵੱਡੇ ਅਫਸਰ ਹੁੰਦੇ ਨੇ ਆਹ ਵੇਖੋ ਸਾਹਮਣੇ ਨੌਜਵਾਨ ਇਹ ਵਾਕਈ ਅਫਸਰ ਨੇ ਨਾ ਗਰਾਊਂਡਾਂ ਦੇ ਅਫਸਰ ਨੇ ਇਸ ਖੇਡ ਕਬੱਡੀ ਦੇ ਅਫਸਰ ਨੇ ਕੱਪ ਦੇ ਅਫਸਰ ਨੇ ਹਾਂ ਨਹੀਂ ਰੀਸਾ ਉਹ ਪੈਦਾ ਮੇਰੀ ਬਾਂਹ ਛੱਡਦੇ ਤੇਰੇ ਵੱਸਦਾ ਰੋਗ ਨਾ ਕੋਈ ਇਸ ਵੇਲੇ ਨਜ਼ਾਰੇਦਾਰ ਖੇਡ ਮੇਰੇ ਵੀਰਿਓ ਇਸ ਗੱਭਰੂ 'ਤੇ ਵੀ ਬੜੀ ਸੱਚੇ ਪਾਤਸ਼ਾਹ ਦੀ ਮਿਹਰ ਹੈ ਬੱਜੀ ਤੌਲ ਬਹੁਤ ਸੋਹਣਾ ਨਹੀਂ ਰੀਸਾ ਬਹੁਤ ਸੋਹਣਾ ਪਾਣ ਲੈ ਕੇ ਕਿ ਕੌਟੀ ਦੇ ਵਿੱਚ ਨਾ ਚਮਕਦਾ ਜੋ ਅੰਬਰੀ ਚਮਕੇ ਤਾਰਾ ਖੇਡ ਸੁਨੱਖੀ ਦੇ ਨਾਲ ਯਾਰੋ ਜੱਗ ਮੋਹਲਿਆ ਸਾਰਾ ਚੱਲ ਵੀ ਨੌਜਵਾਨ ਹੈ ਤੂਤਾਂ ਵਾਲਿਆ ਪਾਕ ਵੱਡੀ ਨੌਜਵਾਨ ਹੈ ਲੈ ਕੇ ਪੈਂਹਠ ਯਾਰੋ ਜਦੋਂ ਭੱਜਦਾ ਮਾਰਦਾ ਹਲੂਣੇ ਵੀਰ ਬੜਾ ਫੱਬਦਾ ਹਲੂਣੇ ਮਾਰਦਾ ਜਿਹਾ ਹੁਣ ਵੇਖਦਾ ਵੀ ਕਿਵੇਂ ਭੱਜ ਭੱਜ ਆਉਂਦਾ ਅੱਗੇ ਸਾਂਝ ਹੈ ਜਾਫੀ 2007 ਦਾ ਉੱਤਮ ਜਾਫੀ ਮੰਗੀ ਬੱਗੇ ਵਾਲਾ ਮੰਗੀ ਦਾ ਵੀ ਜਿਵੇਂ ਕਹਿੰਦੇ ਉਹਦੇ ਵੀ ਪੂਰਾ ਪੂਰਾ ਮਿੱਤਰੋ ਨਾਂ ਚੱਲਦਾ ਕਬੱਡੀ ਗਰਾਊਂਡਾਂ ਦੇ ਵਿੱਚ ਪੂਰਾ ਪੂਰਾ ਨਾਂ ਚੱਲਦਾ ਹੈਪੀ ਪੁੱਲਰ ਜੀ $200 ਕੈਲਗਰੀ ਤੋਂ ਭੇਜਦੇ ਆ ਟਿਮ ਉੱਪਰ ਜੀ ਉਹਨਾਂ ਨੂੰ ਫੋਨ ਆਇਆ ਕੈਨੇਡਾ ਵੈਸਟਲੀ ਹੈਪੀ ਪੁੱਲਰ ਜੀ ਬਹੁਤ ਬਹੁਤ ਧੰਨਵਾਦ ਇੱਕ ਮਹਿਲ ਸਿੰਘ ਜੀ ਪੁੱਲ ਦਾ ਬਹੁਤ ਵੱਡਾ ਯੋਗਦਾਨ ਹੈ ਕੁਲਜੀਤੇ ਨੂੰ ਟਿਮ ਉੱਪਲ ਜੀ $50 ਭੇਜਦੇ ਹੈ ਬਹੁਤ ਬਹੁਤ ਧੰਨਵਾਦ ਅਤੇ ਇਹ ਹੈ ਸੁਰਖਪੁਰੀਆ ਮੇਰੇ ਵੀਰੋ ਸੰਦੀਪ ਹੁਣ ਵੇਖਦਾ ਵੀ ਸੰਦੀਪ ਐਨ ਕਿ ਮੈਨੂੰ ਤਾਂ ਇੰਝ ਲੱਗਦਾ ਰਹਿੰਦਾ ਵੀ ਬਿਲਕੁਲ ਲੱਖੇ ਦਾ ਛੋਟਾ ਵੀਰ ਹੁੰਦਾ ਇਹ ਨੌਜਵਾਨ ਕਾਨਵੈਂਟ ਸਕੂਲਾਂ ਫੇਰ ਮੇਰੇ ਵੀਰਿਓ ਇਹ ਵੇਖਦਾ ਜਾਫੀ ਮਾਈ ਦਾ ਲਾਲ ਪੂਰਾ ਜ਼ੋਰ ਲੱਗਾ ਪਿਆ ਮੇਰੇ ਪੰਜਾਬੀ ਵੀਰੋ ਦੇਖਣਾ ਮੱਖਣ ਵੇਖਦਾ ਸੈਦੋਗੇ ਵਾਲਾ ਉਧਰਲੇ ਪਾਸੇ ਵੀ ਸਾਡੀ ਟੀਮ ਦੇ ਇਸ ਧਾਵੀ ਨੂੰ ਇਹ ਆ ਮੇਰੇ ਪੰਜਾਬੀ ਵੀਰੋ ਦੁਗਾਲ ਵਾਲਾ ਬਿੱਟੂ ਆ ਵੀ ਨੌਜਵਾਨ ਹੈ ਫਿਰ ਨੌਜਵਾਨ ਕੁਲਜੀਤਾ ਅਗਲੀ ਕਬੱਡੀ ਪਾਉਂਦਾ ਹੋਇਆ ਮੇਰੇ ਪੰਜਾਬੀ ਵੀਰੋ ਵੇਖਦੇ ਵੀ ਇਸ ਨੌਜਵਾਨ ਗੱਭਰੂ ਦੀ ਪਾਈ ਹੋਈ ਕਬੱਡੀ 'ਤੇ ਕਿਹੜਾ ਮਾਈ ਦਾ ਲਾਲ ਕੌਣ ਬਣੀ ਪੁੱਤ ਮਾਂ ਦਾ ਇਸ ਵੇਲੇ ਇਸ ਨੌਜਵਾਨ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਸੋ ਵੇਖਦੇ ਹਾਂ ਸਾਹਮਣੇ ਪਾਉਣ ਲੈ ਕੇ ਵਾਪਸ ਜਾਂਦਾ ਹੋਇਆ ਨੌਜਵਾਨ ਕੁਲਜੀਤਾ ਮਲਸੀਆਂ ਵਾਲਾ ਥਾਪੀਆਂ 3-4 ਮਾਰੀਆਂ ਇਸ ਨੌਜਵਾਨ ਨੇ ਮੁੜਕੋ ਮੁੜਕੀ ਹੋਇਆ ਪਿਆ ਸਰੀਰ ਪਹਿਲੇ ਹਾਫ ਦੀ ਖੇਡ ਚੱਲਦੀ ਹੋਈ ਮੈਦਾਨਾਂ ਵਿੱਚ ਬੁੱਕਦੇ ਨੇ ਸ਼ੇਰਾਂ ਵਾਂਗੂ ਨੌਜਵਾਨੋ ਇਹ 2007 ਦਾ ਇੱਕ ਇਤਿਹਾਸ ਸਿਰਜਿਆ ਜਾਵੇਗਾ ਵੀ ਦੋਨੋਂ ਫਾਈਨਲ ਦੀਆਂ ਟੀਮਾਂ ਜਿਹੜੇ ਅੰਦਾਜ਼ੇ ਮਿੱਤਰਾਂ ਨੂੰ ਦੱਸੇ ਸਨ ਉਹੀਓ ਟੀਮਾਂ ਜਿਹੜੀਆਂ ਫਾਈਨਲ ਦੇ ਵਿੱਚ ਆਈਆਂ ਮੇਰੇ ਵੀਰੋ ਉਹੀਓ ਟੀਮਾਂ ਜਿਹੜੀਆਂ ਸਾਹਮਣੇ ਅੱਜ ਇਕੱਲਾ ਜੱਫਾ ਮੇਰੇ ਵੀਰੇ ਹੁਰਰਾ ਵੀ ਹੈ ਬੰਦੀ ਮੈਚ ਬ੍ਰੇਵੋ ਵੈਲਡਨ ਬ੍ਰੇਵੋ ਵੈਲਡਨ ਆਹੋ ਨੌਜਵਾਨ ਹੈ ਸਿੱਧਵਾਂ ਵਾਲਿਆ ਪਾਓ ਭੱਜ ਭੱਜ ਕੇ ਕਬੱਡੀਆਂ ਨੌਜਵਾਨ ਹੈ ਗੋਪੀ ਧੂਰਕੁਨੀ ਨੂੰ ਰੂਬਨ ਚਾਲ ਜੀ RPM ਟਰੈਕਿੰਗ ਵਾਲੇ ਜੱਸਾ ਸਿੰਘ ਇੱਕ ਜੱਸਾ ਸਿੰਘ ਜੀ ਆਲੂ ਵਾਲੀ ਹੈ ਜੱਸਾ ਸਿੰਘ ਜੀ ਰਾਮਗੜੀ ਹੈ ਇਹ ਕੁਲਜੀਤੇ ਲਈ RPM ਵਾਲੇ ਸਾਡੇ ਰੂਬਨ ਚਾਲ ਹੁਣਾਂ ਦੇ ਵਿੱਚ ਕੁਲਜੀਤੇ ਲਈ ਧੂਣਾ ਪੁੱਟਣ ਵਾਲੀ ਗੱਲ ਹੈ ਮੇਰੇ ਵੀਰੇ ਇਸ ਵੇਲੇ ਨੌਜਵਾਨ ਬਾਕੀ ਨਜ਼ਾਰੇਦਾਰ ਹੈ ਐਨ ਮੇਲਾ ਲੁੱਟਣ ਵਾਲੀ ਗੱਲ ਕਰਤੀ ਸ ਨੌਜਵਾਨ ਨੇ ਸੋ ਗੁਰਜੀਤ ਧੂਤਵਾਲ ਪਿੰਡ ਵਾਲਾ ਮਾਣ ਹੈ ਇੰਗਲੈਂਡ ਵਿੱਚ ਤੁੰਮਾ ਪੰਜਾਬ ਵਿੱਚ ਤੁੰਮਾ ਬੜਾ ਸਜਦਾ ਸਰੀਰ ਬੜੇ ਸੋਹਣੇ ਸੁਭਾਅ ਵਾਲਾ ਕਾਰੀ ਸਾਰੀ ਪਿੰਡ ਦਾ ਆਖਾਂ ਵੀ ਮਹਿੰਦਰ ਬੋਲੇ ਦਾ ਵਾਰਸ ਹੈ ਟਾਈਗਰ ਦਾ ਵਾਰਸ ਹੈ ਜੁੱਧਵੀਰ ਦੇ ਪਿਤਾ ਦਾ ਵਾਰਸ ਹੈ ਮੇਰੇ ਵੀਰਿਓ ਐਟਮ ਦਾ ਵਾਰਸ ਮਾਨਕਾ ਹਾਂ ਮੂਨਕਾ ਵਾਲੇ ਜੈਲੀ ਤਾਰੀ ਵਰਗੇ ਅਮਰੀਕ ਬਾਘੇ ਵਰਗੇ ਮੇਰੇ ਵੀਰਿਓ ਬੜੇ ਤਕੜੇ ਖਿਡਾਰੀ ਉਸ ਧਰਤੀ ਨੇ ਪੈਦਾ ਕੀਤੇ ਨੇ ਵੱਖਰਾ ਰੋਬ ਵੱਖਰਾ ਨਜ਼ਾਰਾ ਪੱਬਾ ਭਾਰ ਕਹਿੰਦੇ ਨੇ ਕਬੱਡੀ ਦੇ ਖਿਡਾਰੀਆਂ 'ਤੇ ਵੱਖਰਾ ਹੀ ਰੋਬ ਹੁੰਦਾ ਪੱਬਾ ਭਾਰ ਤੁਰਦੇ ਨੇ ਪੱਟਾਂ ਵਿੱਚ ਜ਼ੋਰ ਹੁੰਦਾ ਗੁਰਜੀਤ ਸਿੰਘ ਪੱਟਾਂ 'ਤੇ ਜ਼ੋਰ ਕਰਕੇ ਕਪਤਾਨੀਆਂ ਹੋਈਆਂ ਨੇ ਆਓ ਇਧਰਲੇ ਪਾਸੇ ਇਸ ਨੌਜਵਾਨ ਦੀ ਪਾਈ ਹੋਈ ਕਬੱਡੀ ਦੇ ਉੱਪਰ ਨੌਜਵਾਨ ਵੇਖਦਾ
ਲੱਗੂ ਜੱਫਾ ਪ੍ਰਿੰਸੀਪਲ ਸਾਹਿਬ ਕਹਿੰਦੇ ਮੁੰਡਾ ਹੁਣ ਨਹੀਂ ਰੁਕਦਾ ਪਰ ਸਾਹਮਣੇ ਵੀ ਕਹਿੰਦ ਜਾਫੀ ਹੈ ਇਹ ਨੌਜਵਾਨਾਂ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਕਾਲੂ ਰਸੂਲਪੁਰੀ ਆ ਕਿ ਮੁੱਛ ਫੁੱਟ ਕਾਲੂ ਵਿੱਚ ਸ਼ੇਰ ਜੀ ਨਹੀਂ ਜਾ ਨੇ ਮੁੱਛ ਫੁੱਟ ਕਾਲੂ ਵਿੱਚ ਸ਼ੇਰ ਜੀ ਨਹੀਂ ਜਾ ਨੇ ਮੁੰਡਾ ਕਾਹਦਾ ਇਹ ਤਾਂ ਲੱਗੇ ਨਿਰਾ ਹੀ ਤੂਫਾਨ ਹੈ ਹਾਂ ਵਾਹ ਬਈ ਵਾਹ ਕਹਿੰਦੇ ਨੇ ਵੀ ਇਸ ਪਾਸੇ ਓਏ ਹਾਂ ਚੱਲ ਵੀ ਨੌਜਵਾਨਾਂ ਜਿਹਨਾਂ ਜਾਨਾਂ ਗੁੰਦੀਆਂ ਹੋਣ ਉਹੀ ਉਹ ਖੇਡਦੇ ਨੇ ਮੇਰੇ ਪੰਜਾਬੀ ਵੀਰੋ ਇਹ ਐਵੇਂ ਨਹੀਂ ਕਬੱਡੀ ਖੇਡੀ ਜਾਂਦੀ ਉੱਧਰ ਬੈਂਸ ਸਾਹਿਬ ਸਾਡੇ ਮੇਜਰ ਸਿੰਘ ਹੋਣਾ ਦੇ ਰਿਸ਼ਤੇਦਾਰ ਸਾਡੇ ਵੀਰ ਕੈਲੀਫੋਰਨੀਆ ਤੋਂ ਆਏ ਨੇ ਡੱਡੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਬੈਂਸ ਸਾਹਿਬ ਦਾ ਵੀ ਆਓ ਵੇਖਣਾ ਸਾਹਮਣੇ ਹਿੱਕ ਦੇ ਜ਼ੋਰ ਨਾਲ ਪੁਰਾਣੇ ਕਬੱਡੀ ਖਿਡਾਰੀ ਨਛੱਤਰ ਢਾਂਡੀ ਵਾਂਗੂ ਡੱਕਦਾ ਔਰ ਅਵਤਾਰ ਤਾਰੇ ਕਣਕਸਾਂ ਵਾਲੇ ਵਾਂਗੂ ਹੁਣ ਦੇਖਦਾ ਵੀ ਆਹ ਨੌਜਵਾਨ ਕਿਵੇਂ ਗੂੰਜਦਾ ਜਾਂਦਾ ਬਿੰਦਰ ਫਿਰੋਜ਼ਪੁਰੀਏ ਵਾਂਗੂ ਸ਼ੰਕਰੀਏ ਕੁੱਕੇ ਵਾਂਗੂ ਹੁਣ ਦੇਖਦਾ ਕਿਵੇਂ ਜੱਫਾ ਲਾਉਂਦਾ ਆਓ ਵੇਖੋ ਸੁੱਖੀ ਲੱਖਣਗੇ ਪੱਡਿਆਂ ਵਾਲਾ ਕਪੂਰਥਲੀਆ ਸਰਦਾਰ ਅਜੀਤ ਸਿੰਘ ਬਾਪ ਨੇ ਕਬੱਡੀ ਖੇਡੀ ਹੈ ਬੜੇ ਮਾਣ ਨਾਲ ਜਿਵੇਂ ਕੰਗ ਸਾਹਿਬ ਕਹਿੰਦੇ ਹੁੰਦੇ ਨੇ ਸੰਦੀਪ ਮੇਰਾ ਪੁੱਤਰ ਹੈ ਅਜੀਤ ਸਿੰਘ ਕਹਿੰਦੇ ਹੁਣੇ ਮੱਖਣ ਸਿਆ ਮੇਰਾ ਪੁੱਤ ਕਿਹੋ ਜਿਹਾ ਮੈਂ ਕਿਹਾ ਵੀ ਤੁਹਾਡੇ ਪੁੱਤ ਦੇ ਮਿਹਰ ਹੈ ਸੱਚੇ ਪਾਤਸ਼ਾਹ ਦੀ ਮੌਲਾ ਦੀ ਮਿਹਰ ਹੈ ਮੇਰੇ ਵੀਰੇ ਆਓ ਨੌਜਵਾਨ ਅਗਲੇ ਪਾਸੇ ਕਬੱਡੀ ਪਾਉਣ ਜਾਈ ਅੱਗੇ ਵਧਦਾ ਹੋਇਆ ਆਰ ਐਸ ਸੁਪਰ ਮਾਰਕੀਟ ਤੋਂ ਸਾਡੇ ਵੀਰ ਜੋ ਸਗੇੜਾ ਸਾਹਿਬ ਉਹਨਾਂ ਦੇ ਰਿਸ਼ਤੇਦਾਰ ਨੇ ਤਲਵੜਾਂ ਦੇ $100 ਭੇਜਦੇ ਨੇ ਆਰ ਐਸ ਸੁਪਰ ਮਾਰਕੀਟ ਵਾਲੇ ਸੁੱਕੀ ਵਾਸਤੇ ਜੱਸਾ ਸਿੰਘ ਅੱਜ ਤੇ ਗੱਡਵੇਂ ਵਕੀਲ ਦੇ ਨਾਲ ਖੜਾ ਮੁਨੀਮ ਬਣ ਜਾ ਨੌਜਵਾਨ ਹੈ ਲਿਖ ਰਿਹਾ ਨਾ ਗੱਭਰੂਆਂ ਦੀ ਗੱਲ ਹਾਂ ਮੈਂ ਬੋਲਤਾ ਉਹ ਤਾਂ ਤੁਸੀਂ ਲਿਖਣਾ ਦੇਖੋ ਸਾਹਮਣੇ ਚੱਲ ਵੀ ਨੌਜਵਾਨ ਹੈ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਿਕਿਉਰਟੀ ਡਿਪਾਰਟਮੈਂਟ ਦਾ ਬਹੁਤ ਬਹੁਤ ਥੈਂਕਸ ਫੋਰ ਪੁਲਿਸ ਡਿਪਾਰਟਮੈਂਟ ਸਾਰੇ ਮੇਰੇ ਪੰਜਾਬੀਆਂ ਦਾ ਮੇਰੇ ਵੀਰੋ ਐਨ ਕੜਾਕੇਦਾਰ ਕਿ ਛੱਡਦੇ ਛੋਟਿਆ ਵੀਰਿਆ ਕਰਨੀ ਰੀਸ ਸ਼ਰਾਬੀਆਂ ਦੀ ਆਓ ਦੇਖ ਪਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੀ ਕੌਡੀ ਖੇਡ ਪੰਜਾਬੀਆਂ ਦੀ ਬਾਕੀ ਪਟਾਕੇ ਪੈਂਦੇ ਨੇ ਮੇਰੇ ਪੰਜਾਬੀ ਵੀਰੋ ਇਸ ਵੇਲੇ ਨਹੀਂ ਰੀਸਾਂ ਬਲਿਹਾਰੇ ਜਾਵਾ ਨੌਜਵਾਨ ਧੰਨ ਧੰਨ ਹੋਈ ਪਈ ਆ ਖੇਡ ਮੈਦਾਨਾਂ ਦੇ ਵਿੱਚ ਹਾਂ ਕੁਲਜੀਤ ਡੱਕਿਆ ਗਿਆ ਮੇਰੇ ਵੀਰੋ ਆ ਵੀ ਸੰਦੀਪ ਪਾ ਕਬੱਡੀ ਕਬੱਡੀ ਤੈਨੂੰ ਮੰਗੀ ਉਡੀਕਦਾ ਤੈਨੂੰ ਬਿੱਟੂ ਉਡੀਕਦਾ ਤੈਨੂੰ ਸ਼ੀਰਾ ਉਡੀਕਦਾ ਅਤੇ 6.25 ਫੁੱਟ ਕਰਦਾ ਨੌਜਵਾਨ ਤੂਰਕੋਟ ਰਣਸੀ ਕਲਾਂ ਵਾਲਾ ਸੁਖੀ ਭਾਗੀਕੇ ਦਾ ਚੰਡਿਆ ਹੋਇਆ ਨੌਜਵਾਨ ਗੁਰੂ ਗੋਬਿੰਦ ਸਿੰਘ ਕਬੱਡੀ ਕਬੱਡੀ ਕੋਲੀ ਥਾਂ ਸਿਕਲੀ ਵੀ ਖੇਡਿਆ ਇਹ ਨੌਜਵਾਨ ਵੇਖੋ ਸਾਹਮਣੇ ਨੌਜਵਾਨ ਪੜ ਲੱਗੇ ਵਾਪਸ ਆਉਂਦਾ ਹੋਇਆ ਵੇਖ ਦੁੱਲਿਆ ਵੇਖ ਵੀਰੇ ਗਾਂਧੀ ਇਸ ਨੌਜਵਾਨ ਨੇ ਬਹਿਰਾ ਬਹਿਰਾ ਕਰਵਾਈ ਹੈ ਕਬੱਡੀ ਦੇ ਵਿੱਚ ਸਿੱਧਵਾਂ ਵਾਲਾ ਜੱਸਾ ਜਿੱਥੋਂ ਦਾ ਲੱਡੂ ਬੜਾ ਮਸ਼ਹੂਰ ਕਬੱਡੀ ਦੇ ਵਿੱਚ ਧੂਰਕੋਟ ਵਾਲੇ ਆਪਣੇ ਪਿੰਡ ਵਾਸਤੇ $110 ਨੇ ਧੂਰਕੋਟ ਵਾਸੀਆਂ ਵੱਲੋਂ ਗੋਪੀ ਧੂਰਕੋਟੀ ਵਾਸਤੇ 110 ਇਹ 110 10 ਪਿਆਰ ਵਾਲੀ ਗੱਲ ਹੋ ਗਈ 100 ਖੁਰਾਕਾਂ ਵਾਲੀ ਗੱਲ ਹੋ ਗਈ ਆਓ ਕਲੈਰੀ ਮੋਹਰ ਬਣਿਆ ਪਿਆ ਨੌਜਵਾਨ ਇਸ ਵੇਲੇ ਤੁਹਾਡੇ ਸਾਹਮਣੇ ਮੰਗੀ ਦੁਕਾਲ ਵਾਲਾ ਹਾਂ ਬੱਜੀ ਤੌਲ ਇਹ ਮੇਰੇ ਵੀਰੋ ਐਵੇਂ ਨਹੀਂ ਇਸ ਗੱਭਰੂ ਦੀ ਹਾਥੀ ਜਿੰਨੀ ਜਾਣ ਵਾਲੀ ਗੱਲ ਹੈ ਮੇਰੇ ਵੀਰੋ ਇਹ ਤਾਂ ਨੌਜਵਾਨ ਕਬੱਡੀ ਦਾ ਜਿਵੇਂ ਕਹਿੰਦੇ ਹੁੰਦੇ ਵੀ ਹਾਥੀ ਜਿੰਨੀ ਜਾਣ ਵਾਲਾ ਕਾਕਾ ਨਾਮ ਹੈ ਕੋਈ ਖੈਰਿਆਂ ਵਾਲੇ ਦੀ ਗੱਲ ਕਰਦਾ ਕੋਈ ਕਹਿੰਦਾ ਕਾਕਾ ਉਹ ਬੜਾ ਤਕੜਾ ਖੇਡਿਆ ਕੋਈ ਕਹਿੰਦਾ ਨੌਜਵਾਨ ਇਹ ਬਾਓ ਗੱਭਰੂਆ ਹਾਸ਼ਮ ਨੇ ਸੱਸੀ ਲਿਖੀ ਜਗਦੀ ਜੀਤੇ ਨੇ ਕਬੱਡੀ ਖੇਡੀ ਮੇਰੇ ਵੀਰੋ ਗਿੱਲ ਪਰਿਵਾਰ ਦਾ ਆਹ ਵੇਖੋ ਸਾਹਮਣੇ ਨੌਜਵਾਨ ਇਸ ਵੇਲੇ ਇਹ ਤੂਤ ਪਿੰਡ ਵਾਲਾ ਗੁਰਜੀਤ ਵਾਹ ਗੁਰਜਾ ਜਿੱਤਣ ਵਾਲਾ ਮੇਰੇ ਵੀਰੋ ਨੌਜਵਾਨ ਗੁਰਜੀਤ ਪੜ੍ਹਨ ਲੱਗੇ ਸਪੋਰਟਸ ਐਂਡ ਕਲਚਰ ਕਲੱਬ ਦੇ ਹਰ ਇੱਕ ਮੈਂਬਰ ਨੂੰ ਗੁਰਜੀਤ ਸਿੰਘ ਜੀ ਪੂਰੇ ਵੱਲੋਂ ਮੁਬਾਰਕਬਾਦ ਦਿੰਦੇ ਹੈ ਸਾਡੇ ਸੁਰਿੰਦਰ ਸਿੰਘ ਜੀ ਸੋਢੀ ਗੁਰਦੇਵ ਸਿੰਘ ਗਿੱਲ ਇੰਡੀਆ ਤੋਂ ਬਲਵੀਰ ਸਿੰਘ ਫੋਨ ਖੜਕੇ ਨਹੀਂ ਗੁਰਦੇਵ ਸਿੰਘ ਗਿੱਲ ਦੇ ਨਾਲ ਆਓ ਵੇਖੋ ਇਧਰਲੇ ਪਾਸੇ ਨੌਜਵਾਨ ਕਬੱਡੀ ਵਾਗੇ ਪੜ੍ਹਨ ਲੱਗੇ ਵਾਪਸ ਜਾਂਦਾ ਹੋਇਆ
ਗਿਆਨ ਸਿੰਘ ਏੜੇ ਦੇ ਨਾਂ ਤੇ $50 ਮੇਰੇ ਵੀਰੇ ਸੁਖੀ ਵੀਰੇ ਲਈ, ਵੀਰ ਆਪਣੇ ਵੀਰ ਦੇ ਨਾਂ ਦਾ ਮਾਣ ਕਰਦਾ ਹੋਇਆ ਸੁਖੀ ਲਈ ਲਿਖ ਲਓ ਲੱਖਣ ਕੇ ਬੰਨੇ ਵਾਲਾ। ਸਾਡਾ ਪਿਆਰਾ ਸਿੰਘ, ਪਿਆਰਾ ਸਿੰਘ ਸਾਡਾ ਵੀਰ ਕਹਿੰਦਾ ਵੀ A1 ਕਾਰਪੇਟ ਵੱਲੋਂ $50। ਇਹ ਦਰਸ਼ਨ ਸਿੰਘ ਫੇਰੂਮਾਨ ਦੇ ਨਾਲ ਕੰਡਕਟਰ ਰਿਹਾ, ਦਰਸ਼ਨ ਸਿੰਘ ਫੇਰੂਮਾਨ ਦੇ ਨਾਲ, ਉਹਨੂੰ ਫੇਰੂਮਾਨ ਕਹਿੰਦੇ, ਉਹਦਾ ਨਾਂ ਦਰਸ਼ਨ ਸੀ ਮੇਰੇ ਵੀਰੋ। ਜਿਵੇਂ ਆਪਣੇ ਨੂੰ ਨਾ ਨਵੇਂ ਸ਼ਹਿਰ ਤੋਂ ਸੁੱਖ ਸੁਵਿਧੀ ਨਾਲ ਗੱਡੀ ਪਾਉਂਦੀ ਸੀ ਤਾਂ ਦੁਨੀਆ ਸ਼ੁਕਰ ਕਰਦੀ ਸੀ। ਆਓ ਕਿਧਰੇ ਪਾਸੇ ਜੱਸੀ, ਬਾਓ ਸੁਣ ਜੱਸੀ ਕੋਈ ਕਹਿੰਦਾ, ਪਰ ਪਿਆਰ ਦੇ ਨਾਲ ਮੇਰੇ ਵੀਰੇ ਜੱਸਾ ਕਹਿੰਦੇ ਹੈ, ਜੱਸਾ ਸਿੱਧਵਾ ਵਾਲਾ ਕਪੂਰਥਲੀਆ, ਨਾਲ ਪਟਾਲ ਦੋਨਾ, ਨੱਥੂ ਚਾਲ ਮੇਰੇ ਵੀਰੋ ਖਾਨੋਵਾਲ, ਔਰ ਨਾਲ ਬਿਹਾਰੀਪੁਰ ਖੈੜਾ ਦੋਨਾ, ਇਹ ਕਬੱਡੀ ਖਿਡਾਰੀਆਂ ਦੇ ਪਿੰਡ ਨੇ ਮੇਰੇ ਵੀਰੋ, ਨਾਲ ਡਡਵਿੰਡੀ ਜਤਿੰਦਰ ਧੀਰੇ ਦਾ ਪਿੰਡ।